ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਕਿਵੇਂ ਹੋ ਸਾਰੇ ਹੋਪ ਸਾਰੇ ਬਹੁਤ ਚੰਗੇ ਹੋਣਗੇ ਤੇ ਚੜ੍ਹਦੀ ਕਲਾ ਦੇ ਵਿੱਚ ਹੋਣਗੇ ਮੈਂ ਤੁਹਾਡੇ ਨਾਲ ਲੈ ਕੇ ਆਈ ਹਾਂ ਆਪਣਾ ਫਸਟ ਬਲੌਗ ਜਿਹਦੇ ਵਿੱਚ ਮੈਂ ਤੁਹਾਨੂੰ ਦਿਖਾਉਂਗੀ ਆਪਣੀ ਰੈਗੂਲਰ ਰੂਟੀਨਸ ਲੋਕੀ ਪਿੰਡ ਦੀਆਂ ਰੂਟੀਨਸ ਦਿਖਾਉਂਦੇ ਨੇ ਮੈਂ ਤੁਹਾਨੂੰ ਆਪਣੇ ਸ਼ਹਿਰ ਦੀ ਰੂਟੀਨ ਦਿਖਾਉਂਗੀ ਕਮਾਉਂਗੀ ਫਰਾਉਂਗੀ ਜੋ ਮੈਂ ਕਰਦੀ ਹਾਂ ਉਹ ਦੱਸੂੰਗੀ ਕਿਵੇਂ ਮੈਂ ਆਪਣਾ ਘਰ ਮੇਨਟੇਨਡ ਕੀਤਾ ਹੋਇਆ ਉਹ ਦੱਸੂੰਗੀ ਮੇਰਾ ਨਾਮ ਹੈ ਕਮਲਪ੍ਰੀਤ ਕੌਰ ਬਾਠ ਅਤੇ ਮੈਂ ਬੀ ਕੌਮ ਕੀਤੀ ਹੋਈ ਹੈ ਮੈਂ ਬੁਟੀਕ ਚਲਾਉਂਦੀ ਹਾਂ ਅਤੇ ਮੈਂ ਐਸਟ੍ਰੋਲੋਜਰ ਵੀ ਹਾਂ ਸੋ ਮੈਂ ਬਾਬਾ ਜੀ ਦੀ ਕਿਰਪਾ ਨਾਲ ਬਾਬਾ ਜੀ ਦੀ ਪਰਮਿਸ਼ਨ ਲੈ ਕੇ ਮੈਂ ਅੱਜ ਦਸਵੀਂ ਦੇ ਦਿਹਾੜੇ 'ਤੇ ਇਹ ਬਲੌਗ ਸਟਾਰਟ ਕਰਨ ਲੱਗੀ ਹਾਂ ਪਲੀਜ਼ ਕੰਟੀਨਿਊ ਰਹੋ ਮੈਂ ਤੁਹਾਨੂੰ ਦਿਖਾਉਂਗੀ ਅੱਗੇ ਅਸੀਂ ਸ਼ਹੀਦਾਂ ਤੋਂ ਪਰਮਿਸ਼ਨ ਕਿਵੇਂ ਲਈ ਆਹ ਦੇਖੋ ਅਸੀਂ ਕਿਵੇਂ ਬਾਬਾ ਜੀ ਦੀ ਪਰਮਿਸ਼ਨ ਲਈ ਆਪਣਾ ਬਲੌਗਿੰਗ ਚੈਨਲ ਸਟਾਰਟ ਕਰਨ ਵਾਸਤੇ ਸਾਡਾ ਪਿੰਡ ਮਾਣਕੀ ਹੈ ਅਤੇ ਇਹ ਸਾਡੇ ਸ਼ਹੀਦ ਹੋਏ ਨੇ ਇਹ ਸਾਡੇ ਬਾਬਾ ਜੀ ਨੇ ਅਸੀਂ ਇਹਨਾਂ ਨੂੰ ਵੱਡੀ ਬੇਰੀ ਵਾਲੇ ਬਾਬਾ ਜੀ ਕਹਿੰਦੇ ਹਾਂ ਬਹੁਤ ਮਨੋਕਾਮਨਾ ਇੱਥੇ ਸਾਡੀਆਂ ਪੂਰੀਆਂ ਹੁੰਦੀਆਂ ਨੇ ਬਹੁਤ ਸ਼ਰਧਾ ਸਾਨੂੰ ਐਕਚੁਲੀ ਮੇਰੇ ਵਿਆਹ ਤੋਂ ਪਹਿਲਾਂ ਦੇ ਹੀ ਇੱਥੇ ਮੱਥਾ ਟੇਕਦਾ ਅਤੇ ਮੈਂ ਵੀ ਵਿਆਹ ਤੋਂ ਬਾਅਦ ਹਰ ਮਹੀਨੇ ਉਰੇ ਅਸੀਂ ਮੈਂ ਅਤੇ ਮੇਰੇ ਹਸਬੈਂਡ ਕਈ ਵਾਰ ਮੰਮੀ ਵੀ ਆ ਜਾਂਦੇ ਨੇ ਨਾਲ ਅਸੀਂ ਮੱਥਾ ਟੇਕਣ ਆਉਣਾ ਹੀ ਆਉਣਾ ਅਸੀਂ ਕਦੇ ਵੀ ਕੋਈ ਦਸਵੀਂ ਖੰਝਾਉਂਦੇ ਨਹੀਂ ਹੈਗੇ ਮਤਲਬ ਕੋਈ ਨਾ ਕੋਈ ਸਾਡੇ ਘਰ 'ਚੋਂ ਮੱਥਾ ਟੇਕਣ ਆਉਂਦਾ ਹੀ ਆਉਂਦਾ ਔਰ ਦੇਗ ਬਣਾ ਕੇ ਲੈ ਕੇ ਆਉਂਦੇ ਹਾਂ ਅਸੀਂ ਅਤੇ ਇਹ ਸਾਡਾ ਪਿੰਡ ਹੈ ਇੱਥੇ ਸਾਡਾ ਘਰ ਵੀ ਹੈ ਮੇਰੇ ਐਕਚੁਲੀ ਮੇਰੇ ਹਸਬੈਂਡ ਦੇ ਚਾਚਾ ਜੀ ਰਹਿੰਦੇ ਨੇ ਉਰੇ ਅਤੇ ਉਹਨਾਂ ਉਹ ਪਿੰਡ 'ਚ ਜਿਵੇਂ ਘਰ ਉਹ ਰਹਿੰਦੇ ਨੇ ਅਸੀਂ ਘਰੇ ਵੀ ਜਾਂਦੇ ਹਾਂ ਉੱਥੇ ਵੀ ਦੇਗ ਦੇ ਕੇ ਆਉਂਦੇ ਹਾਂ ਅਤੇ ਪਰ ਉਹ ਜਿਵੇਂ ਬਹੁਤ ਪਿਆਰ ਕਰਦੇ ਨੇ ਉਹ ਇੰਨਾ ਪਿਆਰ ਕਰਦੇ ਨੇ ਵੀਰੇ ਹੋਣੀ ਭਾਬੀ ਹੋਣੀ ਅਤੇ ਚਾਚੀ ਜੀ ਹੋਣੀ ਐਕਚੁਲੀ ਹਨੀਤ ਤਾਂ ਉਹਨਾਂ ਦੇ ਘਰੋਂ ਜਾਂਦੀ ਹੋ ਨਹੀਂ ਜਦ ਵੀ ਅਸੀਂ ਦਸਵੀਂ 'ਤੇ ਜਾਈਏ ਨਾ ਇਹਨੇ ਤਾਂ ਉੱਥੇ ਰੌਲਾ ਪਾ ਲੈਣਾ ਵੀ ਮੈਂ ਤਾਂ ਜਾਣਾ ਨਹੀਂ ਹੈਗਾ ਮੈਂ ਤਾਂ ਅੱਜ ਮਾਂ ਕੋਲ ਰਹਿਣਾ ਮੈਂ ਤਾਂ ਬਾਪੂ ਕੋਲ ਰਹਿਣਾ ਐਕਚੁਲੀ ਉਹ ਵੀਰਾ ਅਤੇ ਭਾਬੀ ਇਹਨੂੰ ਮਾਂ ਅਤੇ ਬਾਪੂ ਕਹਾਉਂਦੇ ਨੇ ਬਹੁਤ ਪਿਆਰ ਕਰਦੀ ਹੈ ਸਾਡੇ ਨਾਲੋਂ ਜ਼ਿਆਦਾ ਉਹਨਾਂ ਦਾ ਕਰਦੀ ਹੈ ਅਤੇ ਸਾਨੂੰ ਬਹੁਤ ਔਖਾ ਹੋ ਜਾਂਦਾ ਜਦੋਂ ਅਸੀਂ ਦਸਵੀਂ 'ਤੇ ਜਾਈਦਾ ਅਤੇ ਇਹਨੂੰ ਲੈ ਕੇ ਆਉਣਾ ਸਭ ਤੋਂ ਔਖਾ ਹੋ ਜਾਂਦਾ ਅੱਜ ਬੇਟਾ ਨਹੀਂ ਨਾਲ ਆਇਆ ਹੈਗਾ ਕਿਉਂਕਿ ਬੇਟਾ ਤਾਂ ਅਕੈਡਮੀ ਲੱਗਿਆ ਹੋਇਆ ਉਹ ਐਕਚੁਲੀ ਉਹ 'ਤੇ ਜਾਂਦਾ ਕ੍ਰਿਕਟ ਖੇਡਣ ਉਹ ਨਾਲ ਨਹੀਂ ਆ ਸਕਿਆ ਮੱਥਾ ਟੇਕਣ ਅਤੇ ਅਸੀਂ ਆਏ ਹਾਂ ਸਾਡੀ ਫੈਮਿਲੀ ਆਈ ਹੈ ਅਤੇ ਕੀ ਕਹਿੰਦੇ ਨੇ ਦੀਦੀ ਹੋਣੀ ਵੀ ਆਏ ਨੇ ਉਹ ਵੀ ਮੈਂ ਤੁਹਾਨੂੰ ਅੱਗੇ ਦਿਖਾਉਂਗੀ ਉਹ ਵੀ ਮੱਥਾ ਟੇਕਣ ਆਏ ਨੇ ਅਸੀਂ ਇਕੱਠੇ ਹੋ ਕੇ ਮੱਥਾ ਟੇਕਣ ਆਉਂਦੇ ਹਾਂ ਫਿਰ ਉਸ ਤੋਂ ਬਾਅਦ ਅਸੀਂ ਘਰੇ ਜਾਂਦੇ ਹਾਂ ਫਿਰ ਅਸੀਂ ਵਾਪਸ ਖੰਨੇ ਨੂੰ ਜਾਂਦੇ ਹਾਂ ਤੁਹਾਨੂੰ ਪਤਾ ਬੱਚੇ ਨੂੰ ਮੱਥਾ ਟਿਕਾਉਣਾ ਬਹੁਤ ਔਖਾ ਹੈ ਅਤੇ ਇੱਥੇ ਮੱਥਾ ਇਹਨੂੰ ਨਾ ਪ੍ਰਸ਼ਾਦ ਲੈਣਾ ਬਹੁਤ ਚੰਗਾ ਲੱਗਦਾ ਜਦੋਂ ਵੀ ਉਰੇ ਆਉਂਦੀ ਹੈ ਆਪਣੇ ਆਪ ਪ੍ਰਸ਼ਾਦ ਚੱਕ ਕੇ ਖਾ ਲੈਂਦੀ ਹੈ ਸਗੋਂ ਅਸੀਂ ਰੋਕਦੇ ਹਾਂ ਪਰ ਫਿਰ ਸਾਰੇ ਕਹਿੰਦੇ ਨੇ ਨਹੀਂ ਵੀ ਬੱਚੇ ਰੱਬ ਦਾ ਰੂਪ ਹੁੰਦੇ ਨੇ ਅਤੇ ਇਹ ਜਿੱਥੇ ਵੀ ਜਾਂਦੀ ਹੈ ਜਿੱਥੇ ਵੀ ਗੁਰਦੁਆਰਾ ਸਾਹਿਬ ਜਾਵੇ ਇਹਨੇ ਪ੍ਰਸ਼ਾਦ ਆਪਣਾ ਚੱਕ ਕੇ ਲੈ ਲੈਣਾ ਅਤੇ ਬਹੁਤ ਸਮਝਾਉਂਦੇ ਹਾਂ ਬਹੁਤ ਸੋਚ ਰੋਕਦੇ ਹਾਂ ਪਰ ਇਹ ਰੁਕਦੀ ਨਹੀਂ ਹੈਗੀ ਬਿਕੋਜ਼ ਫਿਰ ਅਸੀਂ ਵੀ ਸੋਚਦੇ ਹਾਂ ਵੀ ਚਲੋ ਬੱਚਾ ਬਾਬਾ ਜੀ ਦਾ ਰੂਪ ਹੈ ਇਹਨੂੰ ਹੁਣ ਅਸੀਂ ਕੀ ਕਹੀਏ ਡਾਂਟ ਵੀ ਨਹੀਂ ਸਕਦੇ ਹੈਗੇ ਇਹ ਤੋਂ ਬਾਅਦ ਹੁਣ ਮੈਂ ਅੱਗੇ ਤੁਹਾਨੂੰ ਮਿਲੂੰਗੀ ਇੱਕ ਹੋਰ ਥਾਂ 'ਤੇ ਇਹ ਉੱਥੇ ਬੇਰੀ ਸਾਹਿਬ ਨੇ ਇਹ ਬੇਰੀ ਦੇਖ ਲਓ ਕਿੰਨੀ ਹਰੀ ਭਰੀ ਹੈ ਪਰ ਦੀਦੀ ਦੱਸਦੇ ਸੀ ਵੀ ਇਹ ਬਹੁਤ ਪੁਰਾਣੀ ਬੇਰੀ ਹੈ ਫਿਰ ਵੀ ਦੇਖੋ ਕਿੰਨੀ ਹਰੀ ਭਰੀ ਹੈ ਔਰ ਇੱਥੇ ਸਾਡੇ ਛਟੀਆਂ ਵੀ ਖੇਡਦੇ ਨੇ ਕਈ ਪਿੰਡਾਂ ਦੇ ਵਿੱਚ ਖੇਡਦੇ ਨੇ ਆਈ ਨੋ ਤੁਸੀਂ ਦੇਖਿਓ ਅਤੇ ਦੇਖਿਆ ਹੋਣਾ ਤਾਂ ਇੱਥੇ ਸਾਡੇ ਛਟੀਆਂ ਵੀ ਖੇਡਦੇ ਨੇ ਇਹੀ ਤੂਤ ਦੀਆਂ ਛਟੀਆਂ ਲੈ ਕੇ ਨਾ ਇੱਥੇ ਖੇਡੀਆਂ ਜਾਂਦੀਆਂ ਨੇ ਅਤੇ ਇਹ ਬੇਰੀ ਸਾਹਿਬ 'ਤੇ ਮੱਥਾ ਟਿਕਦਾ ਹੀ ਟਿਕਦਾ ਜਦੋਂ ਵੀ ਅਸੀਂ ਇੱਥੇ ਸ਼ਹੀਦਾਂ ਦੇ ਮੱਥਾ ਟੇਕਣ ਆਈਏ ਤਾਂ ਇੱਥੇ ਮੱਥਾ ਟਿਕਦਾ ਹੀ ਹੈ ਇਹ ਫਿਰ ਆਪਾਂ ਉਹ ਤੋਂ ਬਾਅਦ ਗਏ ਸੀਗੇ ਦੌਦਪੁਰ ਦੌਦਪੁਰ ਐਕਚੁਲੀ ਮੇਰੇ ਹਸਬੈਂਡ ਦੇ ਨਾਨਕੇ ਨੇ ਅਸੀਂ ਦੌਦਪੁਰ ਵੀ ਮੱਥਾ ਹਰ ਐਕਚੁਲੀ ਐਵਰੀ ਮੰਥ ਟੇਕਦੇ ਹੀ ਟੇਕਦੇ ਹਾਂ ਦਸਵੀਂ 'ਤੇ ਜ ਪਹਿਲਾਂ ਅਸੀਂ ਆਪਣੇ ਸ਼ਹੀਦਾਂ ਦੇ ਮੱਥਾ ਟੇਕ ਕੇ ਆਉਂਦੇ ਹਾਂ ਫਿਰ ਉਹ ਤੋਂ ਬਾਅਦ ਦੌਦਪੁਰ ਦਸਵੀਂ 'ਤੇ ਬਾਬਾ ਜੀ ਆਲੀ ਸਿੰਘ ਮਾਲੀ ਸਿੰਘ ਦੇ ਸ਼ਹੀਦਾਂ ਦੇ ਮੱਥਾ ਟੇਕਦੇ ਹੀ ਟੇਕਦੇ ਹਾਂ ਇਹ ਬਾਬਾ ਜੀ ਦੀਆਂ ਸਮਾਧਾਂ ਨੇ ਇੱਥੇ ਵੀ ਅਸੀਂ ਮੱਥਾ ਟੇਕਿਆ ਹਨੀਤ ਵੈਸੇ ਮੱਥਾ ਬਹੁਤ ਰੀਝ ਨਾਲ ਟੇਕਦੀ ਹੁੰਦੀ ਹੈ ਇੱਥੇ ਵੀ ਉਵੇਂ ਹੀ ਅਸੀਂ ਜੋਤਾਂ ਬਣਾ ਕੇ ਲੈ ਕੇ ਆਉਂਦੇ ਹਾਂ ਦੇਗ ਬਣਾ ਕੇ ਲੈ ਕੇ ਆਉਂਦੇ ਹਾਂ ਅਤੇ ਕੀ ਕਹਿੰਦੇ ਨੇ ਜੋਤਾਂ ਮਤਲਬ ਜਿਹੜੀ ਉਹ ਹੁੰਦੀ ਹੈ ਜੋਤ ਉਹ ਘਰੋਂ ਹੀ ਬਣਾ ਕੇ ਲੈ ਕੇ ਆਉਂਦੇ ਹਾਂ ਆਟੇ ਦੀ ਹੀ ਲੱਗਦੀ ਹੈ ਸਾਡੇ ਇੱਥੇ ਸ਼ਹੀਦਾਂ ਦੇ ਅਤੇ ਦੇਗ ਲੈ ਕੇ ਆਉਂਦੇ ਹਾਂ ਫਿਰ ਹੋਮ 'ਚ ਦੇਗ ਪਾਈ ਦੀ ਹੈ ਇੱਥੇ ਵੀ ਮੈਂ ਬਾਬਾ ਜੀ ਨੂੰ ਇਹੀ ਕਹਿ ਕੇ ਆਈ ਹਾਂ ਬਾਬਾ ਜੀ ਤੁਹਾਡੇ ਆਸ਼ੀਰਵਾਦ ਨਾਲ ਚੈਨਲ ਸਟਾਰਟ ਕਰਨ ਲੱਗੀ ਹਾਂ ਪਲੀਜ਼ ਕਿਰਪਾ ਕਰਿਓ ਅਤੇ ਬਾਬਾ ਜੀ ਪਲੀਜ਼ ਮੇਰੀ ਹੈਲਪ ਕਰਿਓ ਤੁਹਾਡੇ ਤੋਂ ਬਿਨਾਂ ਪਰਮਿਸ਼ਨ ਲਏ ਮੈਂ ਕੁਛ ਨਹੀਂ ਕਰ ਸਕਦੀ ਤੁਹਾਡੇ ਤੋਂ ਪਰਮਿਸ਼ਨ ਲੈ ਕੇ ਹੀ ਮੈਂ ਕੰਮ ਸਟਾਰਟ ਕਰਨ ਲੱਗੀ ਹਾਂ
सो मेरे साथ दिओ, मेरे हस्बैंड, मेरी फैमिली भी मेरा फुल सपोर्ट करनगे। तो थोनू मैं अपनी रेगुलर रूटीन दिखाया करूँगी। आ हुण मैं थोनू दिखा रही हूँ असी कित्थे कित्थे गए ते किद्दा किद्दा मत्था टेकिया। प्लीज़ तुसी इंजॉय करो।